ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਮਨੋਜ ਚਰਖੀਵਾਲ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਇਸ ਟਾਈਮ ਬਠਿੰਡਾ ਦੇ ਗੋਨਿਆਣਾ ਰੋਡ ਤੇ ਮੌਜੂਦ ਹੈ, ਜਿੱਥੇ ਭਾਜਪਾ ਵੱਲੋਂ ਅੱਜ ਆਪਣਾ ਜਿਹੜਾ ਮੁੱਖ ਦਫ਼ਤਰ ਖੋਲਿਆ ਗਿਆ। ਸਿੱਧੀਆਂ ਲਾਈਵ ਤਸਵੀਰਾਂ ਇਸ ਟਾਈਮ ਤੁਹਾਨੂੰ ਦਿਖਾ ਰਿਹਾ ਸੀ ਗੋਨਿਆਣਾ ਰੋਡ, GT ਰੋਡ ਬਠਿੰਡਾ ਦੀਆਂ, ਜਿੱਥੇ ਭਾਜਪਾ ਦੇ ਉਮੀਦਵਾਰ ਪਰਮਪਾਲ ਕੌਰ ਸਿੱਧੂ ਵੱਲੋਂ ਆਪਣਾ ਜਿਹੜਾ ਮੁੱਖ ਦਫ਼ਤਰ ਖੋਲ ਦਿੱਤਾ ਗਿਆ। ਸਿੱਧੀਆਂ ਲਾਈਵ ਤਸਵੀਰਾਂ ਇਸ ਟਾਈਮ ਤੁਹਾਨੂੰ ਦਿਖਾ ਰਿਹਾ ਸੀ ਗੋਨਿਆਣਾ ਰੋਡ ਬਠਿੰਡਾ ਦੀਆਂ। ਸੁਖਮਨੀ ਸਾਹਿਬ ਦੇ ਜਿਹੜੇ ਪਾਠ ਕਰਵਾਏ ਜਾ ਰਹੇ ਨੇ, ਕੁਛ ਟਾਈਮ ਬਾਅਦ ਜਿਹੜੇ ਸੁਖਮਨੀ ਸਾਹਿਬ ਦੇ ਪਾਠਾਂ ਦੇ ਜਿਹੜੇ ਭੋਗ ਪੈਣੇ ਨੇ। ਸਿੱਧੀਆਂ ਲਾਈਵ ਤਸਵੀਰਾਂ ਇਸ ਟਾਈਮ ਤੁਹਾਨੂੰ ਦਿਖਾ ਰਿਹਾ ਸੀ ਬਠਿੰਡਾ ਦੀਆਂ। ਪਰਮਪਾਲ ਕੌਰ ਸਿੱਧੂ ਮੀਡੀਆ ਨਾਲ ਗੱਲਬਾਤ ਕਰ ਰਹੇ ਨੇ, ਆਓ ਸੁਣਾਨੇ ਤੁਹਾਨੂੰ ਉਹਨਾਂ ਦਾ ਕੀ ਕਹਿਣਾ ਹੈ। ਹੁੰਗਾਰਾ ਬਹੁਤ ਵਧੀਆ ਮਿਲ ਰਿਹਾ ਜੀ, ਬਹੁਤ ਵਧੀਆ ਹੁੰਗਾਰਾ ਮਿਲ ਰਿਹਾ। ਇਸ ਤੋਂ ਪਹਿਲਾਂ ਪਿੰਡਾਂ ਵਾਲੇ ਵਾਢੀ ਚ ਬਿਜ਼ੀ ਸੀਗੇ, ਹੁਣ ਪਿੰਡਾਂ ਵਾਲੇ ਚੱਲ ਪਏ। ਸਾਨੂੰ ਬਹੁਤ ਫੋਨ ਆਉਂਦੇ ਆ, ਰਾਤ ਤੱਕ ਸਾਡਾ ਘਰ ਭਰਿਆ ਰਹਿੰਦਾ ਹੈ, ਤੇ ਅਸੀਂ ਵਰਕਰਾਂ ਨੂੰ ਇਹ ਕਹਿੰਦੇ ਆ ਕਿ ਸਾਨੂੰ ਮਿਲਣ ਦੀ ਬਜਾਏ ਵੱਧ ਤੋਂ ਵੱਧ ਤੁਸੀਂ ਫੀਲਡ ਚ ਜਾਓ, ਵੋਟਰਾਂ ਨੂੰ ਜਗਾਓ, ਤੇ ਮਤਲਬ ਬਹੁਤ ਸਪੋਰਟ ਮਿਲ ਰਹੀ ਹੈ, ਸਾਰੇ ਲੱਗੇ ਹੋਏ ਆ। ਹਾਂਜੀ, ਅਹੁਦੇਦਾਰਾਂ ਦੀ ਗੱਲ ਕਰੀਏ, ਕੁਝ ਹਲੇ ਵੀ ਨਜ਼ਰ ਨਹੀਂ ਆ ਰਹੇ ਹੈਗੇ ਭਾਜਪਾ ਦੇ ਜਿਹੜੇ ਅਹੁਦੇਦਾਰ ਨੇ, ਕਾਰਨ ਕੀ ਮਾਮਲਾ? ਕਿਹੜੇ ਅਹੁਦੇਦਾਰ ਨਜ਼ਰ ਨਹੀਂ ਆਏ? ਮੈਨੂੰ ਤਾਂ ਸਾਰੇ ਨਜ਼ਰ ਆ ਰਹੇ ਆ, ਸਾਰੇ ਇੱਥੇ ਖੜੇ, ਕਿਹੜਾ ਨਹੀਂ ਨਜ਼ਰ ਆਇਆ ਦੱਸੋ? ਮਨਪ੍ਰੀਤ ਬਾਦਲ, ਉਹ ਬਿਮਾਰ ਨੇ ਜੀ, ਬਿਮਾਰ ਨੇ, ਉਹਨਾਂ ਦੇ ਸਟੰਟ ਪਏ ਹੋਏ ਨੇ। ਅਸੀਂ ਉਹਨਾਂ ਨੂੰ ਬਿਮਾਰੀ ਦੇ ਦੌਰਾਨ ਤਕਲੀਫ ਨਹੀਂ ਦੇਣਾ ਚਾਹੁੰਦੇ, ਹਨਾ, ਹੈਲਥ ਵੀ ਜ਼ਰੂਰੀ ਹੈ। ਹਾਂਜੀ, ਗੱਲਬਾਤ ਹੋਈ? ਗੱਲਬਾਤ ਬਿਲਕੁਲ ਹੋਈ ਜੀ, ਬਿਲਕੁਲ ਹੋਈ। ਹਾਂਜੀ, ਕੱਲ ਵੀ ਹੋਈ ਸੀ। ਤੁਹਾਡੇ ਸੋਹਰਾ ਸਾਹਿਬ ਕਿਦੋਂ ਆਗਾਜ਼ ਕਰਨਗੇ ਤੁਹਾਡੀ ਚੋਣ ਮੁਹਿੰਮ ਦਾ? ਮੁਹਿੰਮ ਦੇ ਵਿੱਚ ਲੱਗੇ ਹੋਏ ਆ ਜੀ, ਪੂਰੀ ਤਰ੍ਹਾਂ ਲੱਗੇ ਹੋਏ ਆ, ਜਦੋਂ ਮਰਜ਼ੀ ਚੈੱਕ ਕਰ ਲਿਓ। ਅੱਛਾ, ਸ਼ਾਮਲ ਹੋ ਗਏ? ਸ਼ਾਮਲ ਵੀ ਹੋ ਜਾਣਗੇ, ਪਰ ਮੁਹਿੰਮ ਦੇ ਵਿੱਚ ਪੂਰੀ ਤਰ੍ਹਾਂ ਲੱਗੇ ਹੋਏ ਆ, ਬਿਲਕੁਲ ਸਾਡੀ ਸਪੋਰਟ ਕਰ ਰਹੇ ਆ, ਕੋਈ ਐਸੀ ਗੱਲ ਨਹੀਂ। ਇੰਟਰਨਲੀ ਐਕਸਟਰਨਲ ਹਰ ਤਰ੍ਹਾਂ ਦੀ ਸਪੋਰਟ ਦੇ ਰਹੇ ਆ, ਆਪਣੇ ਸਾਰੇ ਵਰਕਰਸ ਨੂੰ ਜਗਾ ਰਹੇ ਆ, ਕੋਈ ਐਸੀ ਗੱਲ ਨਹੀਂ। ਕੀ ਲੱਗਦਾ ਮੁੱਦੇ ਕਿਹੜੇ ਕਿਹੜੇ ਤੁਹਾਨੂੰ ਲੱਗਦਾ ਵੀ ਜਿਹੜਾ ਹੈਗਾ ਬਠਿੰਡਾ ਤੇ ਮਾਨਸਾ ਦੇ ਵਿੱਚ ਜਿਹੜੇ ਰਹਿ ਗਏ 15 ਸਾਲਾਂ ਚ ਜਿਹੜੇ ਨਹੀਂ ਹੱਲ ਹੋਏ? ਦੇਖੋ ਜੀ, ਮੁੱਦੇ ਬਹੁਤ, ਜਿੰਨੀ ਕਿ ਡਿਵੈਲਪਮੈਂਟ ਹੋਈ ਹੈ ਉਹ ਮੋਦੀ ਗਵਰਨਮੈਂਟ ਵੱਲੋਂ ਕੀਤੀ ਗਈ ਹੈ, BJP ਵੱਲੋਂ ਕੀਤੀ ਗਈ ਹੈ। ਬਾਕੀ ਮੁੱਦੇ ਇੱਕ ਇਹ ਹੈਗੇ, ਇੱਕ ਤਾਂ ਪਰਸਨਲ ਕੰਟੈਕਟ ਨਾ ਹੋਣਾ। ਬਹੁਤ ਸਾਰੀਆਂ ਗੱਲਾਂ ਹੁੰਦੀਆਂ ਕਿ ਦੇਖੋ, ਜਨਰਲ ਇਨਫਰਾਸਟ੍ਰਕਚਰ BJP ਵੱਲੋਂ ਬਣਾਇਆ ਜਾ ਰਿਹਾ ਹੈ, ਏਮਸ ਬਣ ਗਿਆ, ਰੋਡਸ ਦਾ ਨੈਟਵਰਕ ਹੋ ਗਿਆ, ਰੇਲਵੇਜ਼ ਦੀ ਇਲੈਕਟ੍ਰੀਫਿਕੇਸ਼ਨ ਹੋ ਗਈ, ਬਾਕੀ ਜਿਹੜੀਆਂ ਵੈਲਫੇਅਰ ਦੀਆਂ ਸਕੀਮਸ ਹੈ, ਆਯੁਸ਼ਮਾਨ ਭਾਰਤ ਵਗੈਰਾ ਚੱਲ ਰਹੀਆਂ, ਉਹ ਸਾਰਾ ਕੁਝ ਚੱਲ ਰਿਹਾ। ਬਟ ਉਹਦੇ ਨਾਲ ਨਾਲ ਜਿਹੜਾ ਲੈਕਿੰਗ ਹੈ, ਜਿਹੜੀ ਮੇਨ ਚੀਜ਼ ਲੈਕਿੰਗ ਹੈ, ਉਹ ਹੈਗੀ ਹੈ ਕਿ ਲੋਕਾਂ ਨਾਲ ਪਰਸਨਲ ਕੰਟੈਕਟ ਸਾਡੇ MP ਸਾਹਿਬਾਂ ਦਾ ਨਹੀਂ ਰਿਹਾ। ਤੇ ਲੋਕ ਇਸ ਗੱਲ ਤੋਂ ਦੁਖੀ ਨੇ ਵੀ ਕਈ ਵਾਰੀ ਕੋਈ ਨਿੱਜੀ ਸਮੱਸਿਆ ਵੀ ਹੁੰਦੀ ਹੈ, ਕਿਸੇ ਨੇ ਆਪਦਾ ਦੁੱਖ ਵੀ ਰੋਣਾ ਹੁੰਦਾ ਹੈ। ਜਿਹੜੇ ਲੋਕਾਂ ਨੇ ਉਹਨਾਂ ਨੂੰ ਇਲੈਕਸ਼ਨਾਂ ਦੇ ਦੌਰਾਨ ਸਪੋਰਟ ਕਰਿਆ, ਜਿਨ੍ਹਾਂ ਦੇ ਘਰ ਉਹ ਮਹੀਨਾ ਮਹੀਨਾ ਰਹੇ, ਜਾਂ ਉਹਨਾਂ ਦੇ ਮਹੀਨਾ ਮਹੀਨਾ ਉਹਨਾਂ ਦੇ ਘਰਾਂ 'ਚੋਂ ਬਹਿ ਕੇ ਕੰਪੇਨਾਂ ਚਲਾਈਆਂ, ਉਹ ਬੰਦਿਆਂ ਨੂੰ ਅੱਜ ਤੱਕ ਉਹ ਪਹਿਚਾਣਦੇ ਨਹੀਂ। ਉਹ ਬੰਦੇ ਖੁਦ ਕਹਿੰਦੇ ਆ ਕਿ ਸਾਡੀ ਸਾਨੂੰ ਉਹ ਜਾਣਦੇ ਵੀ ਨਹੀਂ ਬਾਈ ਨੇ, ਪਰ ਉਹਨਾਂ ਦਾ ਘਰ ਵੀ ਵਰਤਿਆ, ਉਹਨਾਂ ਦਾ ਸਾਰਾ ਪਰਿਵਾਰ ਦੀ ਮਿਹਨਤ ਵੀ ਵਰਤੀ, ਪਰ ਉਹ ਜਿਹੜਾ ਕੰਟੈਕਟ ਨਾ ਹੋਣਾ ਇਜ਼ ਅ ਵੈਰੀ ਸੀਰੀਅਸ ਥਿੰਗ। ਤੁਸੀਂ ਕਿਵੇਂ ਲੋਕ ਕਿਵੇਂ ਸੇਫ ਫੀਲ ਕਰਨਗੇ? ਸਿਕਿਓਰ ਤਾਂ ਬੰਦਾ ਉਦੋਂ ਹੀ ਫੀਲ ਕਰਦਾ ਜਦੋਂ ਤੁਹਾਡੇ ਕੋਲ ਆ ਕੇ ਆਪਣੀ ਗੱਲ ਕਹਿ ਸਕੇ ਜਾਂ ਕਹਿ ਹੀ ਨਾ ਸਕੇ। ਇਹ ਬਹੁਤ ਚੀਜ਼ ਮਿਸਿੰਗ ਹੈ ਜਿਹੜੀ ਕਿ ਅਸੀਂ ਦੇਣ ਦੀ। ਤੁਸੀਂ ਕੰਟੈਕਟ ਦੀ ਗੱਲ ਕਰ ਰਹੇ ਹੋ, ਪਰ ਹਲੇ ਉਹ ਜ਼ਮੀਨੀ ਪੱਧਰ ਦੇ ਉੱਤੇ ਪ੍ਰਚਾਰ ਪੂਰੀ ਤਰ੍ਹਾਂ ਜੁਟੇ ਹੋਏ ਨੇ, ਪਰ ਅਸੀਂ ਜਿਹੜਾ ਨਹੀਂ 15 ਸਾਲਾਂ ਤੋਂ ਪ੍ਰਚਾਰ ਚ ਜੁਟੇ ਹੋਏ ਨੇ। ਮੈਂ ਤਾਂ 15 ਸਾਲਾਂ ਦੀ ਗੱਲ ਕਰ ਰਹੀ ਹਾਂ, ਮੈਂ ਮਹੀਨੇ ਦੀ ਗੱਲ ਨਹੀਂ ਕਰ ਰਹੀ। 15 ਸਾਲਾਂ ਤੋਂ ਉਹਨਾਂ ਨੇ ਕਿਸੇ ਦੇ ਘਰ ਦਾ ਪਾਣੀ ਨਹੀਂ ਪੀਤਾ 15 ਸਾਲਾਂ ਦੇ ਵਿੱਚ। ਤੁਸੀਂ ਪ੍ਰਚਾਰ ਚ ਜੁਟੇ ਹੋਏ ਨੇ, 10-15 ਦਿਨਾਂ ਤੋਂ ਜੁਟੇ ਹੋਣਗੇ ਪ੍ਰਚਾਰ, 6 ਮਹੀਨੇ ਤੋਂ ਜੁਟੇ ਹੋਣਗੇ। 15 ਸਾਲਾਂ ਦੇ ਦੌਰਾਨ ਉਹਨਾਂ ਨੇ ਕਿਸੇ ਦੇ ਘਰ ਦਾ ਪਾਣੀ ਨਹੀਂ ਪੀਤਾ, ਕਿਸੇ ਦੀ ਕੋਈ ਪਰਸਨਲ ਨਿੱਜੀ ਜਿਹੜੀ ਹੈਗੀ ਐਪਲੀਕੇਸ਼ਨ ਨਹੀਂ ਹੱਥ ਚ ਆਪਦੇ ਫੜੀ। ਸੋ ਉਸ ਗੱਲ ਦੀ ਗੱਲ ਕਰ ਰਹੀ ਹਾਂ।
ਮਾਨਸਾ ਦੇ ਵਿੱਚ ਵੱਡਾ ਜਿਹੜਾ ਇੱਕ ਫਲੱਡ ਦਾ ਕਾਰਨ ਬਣਦਾ ਚਾਰਨਪੁਰੀ ਬਣ ਲੈਂਦਾ, ਉਸ ਨੂੰ ਲੈ ਕੇ ਕੋਈ ਵੀ ਕਦਮ ਨਹੀਂ ਚੁੱਕੇ ਗਏ। ਹਰਿਆਣਾ 'ਚ ਵੀ ਤੁਹਾਡੀ ਸਰਕਾਰ ਹੈ, ਸੈਂਟਰ 'ਚ ਵੀ ਸਰਕਾਰ ਹੈ, ਉਸ ਨੂੰ ਲੈ ਕੇ ਕਦਮ ਚੁੱਕੇ ਜਾ ਰਹੇ। ਬਿਲਕੁਲ ਜੀ, ਉਹ ਸਮੱਸਿਆਵਾਂ ਮੈਂ ਸਾਰੀਆਂ ਸਮਝ ਲਈਆਂ। ਮਾਨਸਾ ਤਾਂ ਇਨ ਜਨਰਲ ਵੈਸੇ ਵੀ ਡਿਵੈਲਪਮੈਂਟ ਪੱਖੋਂ ਜਿਹੜੀ ਹੈਗੀ ਹੈ ਡਿਵੈਲਪਮੈਂਟ ਮਾਨਸਾ ਦੀ ਤਾਂ ਵੈਸੇ ਵੀ ਨਹੀਂ ਹੋਈ ਉਨੀ, ਠੀਕ ਹੈ। ਰੋਡ ਨੈਟਵਰਕ ਜੋ ਬਣ ਰਿਹਾ ਜਾਂ ਜੋ ਜਨਰਲ ਇਨਫਰਾਸਟ੍ਰਕਚਰ ਬੀਜੇਪੀ ਵੱਲੋਂ ਚਲਾਇਆ ਜਾ ਰਿਹਾ ਉਹ ਠੀਕ ਹੈ, ਪਰ ਲੋਕਲ ਸਮੱਸਿਆ ਤਾਂ ਮਾਨਸਾ ਦੀ ਜਿਵੇਂ ਪੀਣ ਵਾਲੇ ਪਾਣੀ ਦੀ, ਸੀਵਰੇਜ ਦੀ, ਇਹੋ ਜਿਹੀਆਂ ਸਮੱਸਿਆਵਾਂ ਜਾਂ ਉੱਥੇ ਡਾਕਟਰਸ ਦੀ ਸਮੱਸਿਆ, ਈਵਨ ਰਾਮਾ ਮੰਡੀ 'ਚ ਸੇਮ ਸਮੱਸਿਆਵਾਂ। ਉੱਥੇ ਇੱਕ ਛੋਟੀ ਜਿਹੀ ਡਿਸਪੈਂਸਰੀ ਹੈ ਜਿਹੜੀ ਕਿ ਪਹਿਲਾਂ ਹੋਸਪਿਟਲ ਸੀ, ਉਹ ਡਾਊਨਗ੍ਰੇਡ ਕਰਕੇ ਡਿਸਪੈਂਸਰੀ ਸਮੱਸਿਆ। ਸੋ ਇਹ ਸਾਰੀਆਂ ਸਮੱਸਿਆਵਾਂ ਲੋਕਲ ਹੈਗੀਆਂ, ਬਿਲਕੁਲ ਸੋਲਵ ਕਰਾਂਗੇ। ਏ ਸੀ ਪਰਮਪਾਲ ਕੌਰ ਸਿੱਧੂ, ਜਿਨ੍ਹਾਂ ਦਾ ਕਹਿਣਾ ਕਿ ਪਿੰਡਾਂ ਸ਼ਹਿਰਾਂ 'ਚ ਸਾਨੂੰ ਲੋਕਾਂ ਦਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ, ਅਤੇ ਮੇਰੇ ਸਹੁਰਾ ਸਾਹਿਬ ਸਿਕੰਦਰ ਸਿੰਘ ਮਲੁੱਕਾ ਮੇਰੀ ਚੋਣ ਮੁਹਿੰਮ 'ਚ ਡਟੇ ਹੋਏ ਨੇ। ਕੈਮਰਾਮੈਨ ਸੂਜਲ ਦੇ ਨਾਲ ਮਨੋਜ ਚਰਖੀਵਾਲ, ਦੈਨਿਕ ਸਵੇਰਾ ਟੀਵੀ, ਬਠਿੰਡਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।